ਸਤਿਕਾਰ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਕੁਲਦੀਪ ਸਿੰਘ ਦੀਪ ਪੇਸ਼ ਹੈ ਬਾਪ ਬਾਰੇ ਲਿਖੀ ਮੇਰੀ ਕਵਿਤਾ ਜਿਸ ਦਾ ਸਿਰਲੇਖ ਹੈ ਬਾਪ। ਮੰਨਿਆ ਮਾਂ ਬਹੁਤ ਮਹਾਨ ਹੁੰਦੀ ਹੈ ਪਰ ਬਾਪ ਕਿਉਂ ਸਿਰਫ ਵਿਚਾਰਾ ਹੁੰਦਾ ਹੈ। ਕਬੀਲਦਾਰੀ ਦੇ ਬੋਝ ਥੱਲੇ ਦੱਬਿਆ ਧਰਤੀ ਹੇਠਲਾ ਬਲਦ ਹਰ ਪ੍ਰਕਾਰ ਦੀ ਸੰਵੇਦਨਾ ਤੋਂ ਪਰੇ ਨਿਰੋਲ ਸੰਵੇਦਨਹੀਨ ਜੋ ਨਾ ਕਿਸੇ ਸ਼ਾਇਰ ਨੂੰ ਚੰਗਾ ਲੱਗਦਾ ਹੈ ਨਾ ਫਨਕਾਰ ਨੂੰ ਨਾ ਚਿੱਤਰਕਾਰ ਨੂੰ ਤੇ ਨਾ ਹੀ ਕਿਸੇ ਫਿਲੋਸਫਰ ਨੂੰ ਇੱਥੋਂ ਤੱਕ ਕਿ ਕਿਸੇ ਬਾਪ ਨੂੰ ਵੀ ਨਹੀਂ। ਕਿਸੇ ਬਾਪ ਨੇ ਅੱਜ ਤੱਕ ਬਾਪ ਦੇ ਹੱਕ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ। ਬਾਪ ਦਾ ਨਾਂ ਤਾਂ ਸਿਰਫ ਕਾਗਜ਼ਾਂ ਵਿੱਚ ਹੀ ਮੂਹਰੇ ਆਉਂਦਾ ਹੈ ਕਵਿਤਾਵਾਂ ਵਿੱਚ ਤਾਂ ਮਾਂ ਹੀ ਮਾਂ ਹੁੰਦੀ ਹੈ। ਉਂਝ ਸਮਝ ਨਹੀਂ ਆਉਂਦੀ ਕਿਉਂ ਬਾਪ ਨਹੀਂ ਹਿੱਸਾ ਬਣ ਸਕਿਆ ਸਾਡੀ ਸੰਵੇਦਨਾ ਦਾ। ਉਂਝ ਸਮਝ ਨਹੀਂ ਆਉਂਦੀ ਕਿਉਂ ਬਾਪ ਨਹੀਂ ਹਿੱਸਾ ਬਣ ਸਕਿਆ ਸਾਡੀ ਸੰਵੇਦਨਾ ਦਾ। ਇਹ ਵੀ ਤਾਂ ਜੰਮਦਾ ਹੈ ਧੀਆਂ ਪੁੱਤ ਉਹਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਬਾਰੇ ਸੋਚਦਾ ਹੈ ਉਹਨਾਂ ਬਾਰੇ ਲੋਚਦਾ ਹੈ ਅਤੇ ਚਾਹੁੰਦਾ ਹੈ ਆਪਣੀ ਮਾਂ ਨੂੰ ਵੀ ਤੇ ਆਪਣੇ ਬੱਚਿਆਂ ਦੀ ਮਾਂ ਨੂੰ ਵੀ। ਉਹ ਵੀ ਕਰਦਾ ਹੈ ਸਿਰਜਣਾ ਸੁਪਨਿਆਂ ਦੀ ਚਿੱਤਰਦਾ ਹੈ ਆਪਣੀਆਂ ਰਗਾਂ ਵਿੱਚ ਵਹਿੰਦੇ ਖੂਨ ਨਾਲ ਪਰਿਵਾਰ ਦਾ ਭਵਿੱਖ ਬਲਦਾ ਹੈ ਸ਼ੋਲੇ ਵਾਂਗ ਧੁਖਦਾ ਹੈ ਕੋਲੇ ਵਾਂਗ ਹਰ ਕਿਤੇ ਮਾਂ ਦੇ ਨਾਲ ਵੀ ਤੇ ਮਾਂ ਤੋਂ ਬਗੈਰ ਵੀ। ਇਹ ਬਾਪ ਹੀ ਤਾਂ ਹੁੰਦਾ ਹੈ ਜੋ ਉਂਗਲੀ ਫੜ ਕੇ ਤੋਰਦਾ ਹੈ ਬੱਚਿਆਂ ਨੂੰ ਤੇ ਛੱਡ ਕੇ ਆਉਂਦਾ ਹੈ ਜ਼ਿੰਦਗੀ ਦੇ ਸਕੂਲ ਤੱਕ ਤੇ ਆਪ ਪਹੁੰਚ ਜਾਂਦਾ ਹੈ ਬਿਰਧ ਆਸ਼ਰਮ ਦੀਆਂ ਰੂਹਾਂ ਤੱਕ। ਬਾਪ ਅਕਸਰ ਬਹੁਤਾ ਸਮਾਂ ਬਾ ਮਕਾਨ ਹੁੰਦਾ ਹੋਇਆ ਵੀ ਬੇਮਕਾਨ ਕਰਦਾ ਹੈ ਬਹਾਰ ਹੁੰਦੇ ਹੋਏ ਵੀ ਬੇਆਹਾਰ ਰਹਿੰਦਾ ਹੈ ਬਾ ਔਲਾਦ ਹੁੰਦਾ ਹੋਇਆ ਵੀ ਬੇ ਔਲਾਦ ਰਹਿੰਦਾ ਹੈ ਤੇ ਘਰ ਵਿੱਚ ਰਹਿੰਦਾ ਵੀ ਪਰਦੇਸੀ ਹੁੰਦਾ ਹੈ ਸਿਰਫ ਜੇਬ ਖਰਚ ਪੈਦਾ ਕਰਨ ਵਾਲੀ ਮਸ਼ੀਨ ਤੇ ਡਰਾਵਾ ਦੇਣ ਵਾਲਾ ਡਰਨਾ। ਇਹ ਬਾਪ ਹੀ ਹੁੰਦਾ ਹੈ ਜੋ ਪਹਾੜ ਵਾਂਗ ਸੀਨਾ ਤਾਣ ਕੇ ਮੂਹਰੇ ਹੁੰਦਾ ਹੈ ਹਰ ਮੁਸੀਬਤ ਵਿੱਚ ਹਰ ਮੋਰਚੇ ਦਾ ਪਹਿਲਾ ਮਰਜੀ ਬੜਾ ਤੇ ਪਹਿਲਾ ਸ਼ਹੀਦ ਜਿਸਦੇ ਹੁੰਦੇ ਸਾਰੇ ਬੇਫਿਕਰ ਹੁੰਦੇ ਨੇ ਘੋੜੇ ਵੇਚ ਕੇ ਸੌਂਦੇ ਨੇ ਤੇ ਬਾਪ ਹੀ ਢੋਂਦਾ ਹੈ ਸਾਰੇ ਚਿੰਤਾ ਅਤੇ ਝੋਰੇ ਤੇ ਭਿਣਕ ਵੀ ਨਹੀਂ ਪੈਣ ਦਿੰਦਾ ਆਪਣੇ ਪਿਛਲਿਆਂ ਨੂੰ। ਕਿੰਨਾ ਕੁਛ ਪਲਦਾ ਦੁਖਦਾ ਤੜਫਦਾ ਭਟਕਦਾ ਰਹਿੰਦਾ ਹੈ ਬਾਪ ਦੇ ਅੰਦਰ ਜੋ ਹੋਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਮਾਂ ਦੇ ਮਾਤਰਤਵ ਜਿੰਨਾ ਹੀ ਮਹਾਨ ਹੈ ਪਿਓ ਦਾ ਪਿਤਰਤਵ। ਮਾਂ ਤੇ ਬਾਪ ਰਲ ਕੇ ਹੀ ਤਾਂ ਬਣਦੇ ਹਨ ਸਿਰਜਕ ਸੰਪੂਰਨ ਸੁਮੇਲ ਤੇ ਵਿਲੱਖਣ। ਦੋਸਤੋ ਪੇਸ਼ ਹੈ ਮੇਰੀ ਦੂਜੀ ਕਵਿਤਾ। ਇਹ ਕਵਿਤਾ ਦਰਅਸਲ ਮੇਰੀ ਆਪਣੀ ਹੱਡ ਬੀਤੀ ਹੈ ਤੇ ਉਸ ਵੇਲੇ ਦੀ ਹੈ ਜਦੋਂ ਮੇਰਾ ਬਾਪੂ ਬਹੁਤ ਬਿਮਾਰ ਸੀ। ਬੈੱਡ ਤੇ ਪਏ ਬਾਪੂ ਨੂੰ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਸੀ ਤੇ ਕਦੇ ਕਦੇ ਮੈਂ ਬਾਪੂ ਦੀ ਉਂਗਲ ਫੜ ਅਤੀਤ ਦੀਆਂ ਗਲੀਆਂ ਵਿੱਚ ਨਿਕਲ ਜਾਂਦਾ ਸੀ ਉਹਨਾਂ ਪਲਾਂ ਨੂੰ ਯਾਦ ਕਰਦਾ ਸੀ ਜਿਨ੍ਹਾਂ ਪਲਾਂ ਦੇ ਵਿੱਚ ਬਾਪੂ ਬੀਤ ਰਿਹਾ ਸੀ। ਸੋ ਪੇਸ਼ ਹੈ ਮੇਰੀ ਹੱਡ ਬੀਤੀ ਤੇ ਆਧਾਰਿਤ ਕਵਿਤਾ ਮੇਰੇ ਬਾਪੂ ਦਾ ਰੇਖਾ ਚਿੱਤਰ ਜਿਹਦਾ ਨਾਂ ਹੈ ਮੇਰਾ ਬਾਪੂ ਜੰਗ ਸਿੰਘ। ਬਾਪੂ ਹੁਣ
ਬੈੱਡ ਤੇ ਹੈ। ਜਿਨ੍ਹਾਂ ਲੱਤਾਂ ਨੇ ਗਾਇਆ ਸੀ ਹਰ ਦੁਸ਼ਵਾਰੀ ਭਰਿਆ ਰਾਹ, ਹੁਣ ਅਟੈਚ ਟਾਇਲਟ ਤੱਕ ਜਾਣ ਤੋਂ ਆ ਰਹੀ ਹੈ। ਜਿਸ ਸਿਰ ਨੇ ਚੁੱਕਿਆ ਸੀ ਘਰ ਦਾ ਅਸਮਾਨ, ਹੁਣ ਜ਼ਿੰਦਗੀ ਦੀ ਬਾਤ ਦਾ ਹੁੰਗਾਰਾ ਭਰਨ ਤੋਂ ਵੀ ਜਵਾਬ ਦੇ ਰਿਹਾ। ਜਿਨ੍ਹਾਂ ਹੱਥਾਂ ਨੇ ਉਂਗਲੀ ਫੜ ਤੁਰਨਾ ਸਿਖਾਇਆ, ਉਹੀ ਹੱਥ ਖੜਾ ਹੋਣ ਲਈ ਮੇਰਾ ਸਹਾਰਾ ਪਾਲਦੇ ਨੇ। ਜੋ ਪਰੇ ਵਿੱਚ ਬੈਠਦਾ ਸੀ ਪੰਚਾਇਤੀ ਬਣ, ਜੋ ਤਾਸ਼ ਦੀ ਬਾਜੀ ਵਿੱਚ ਜੇਤੂ ਪੱਤਾ ਸੁੱਟ ਠਹਾਕਾ ਮਾਰ ਕੇ ਹੱਸਦਾ ਸੀ, ਜੋ ਪਿੰਡ ਜਾਂ ਰਿਸ਼ਤੇਦਾਰੀ ਵਿੱਚ ਕਿਸੇ ਗੱਭਰੂ ਦੀ ਬਰਾਤ ਚੜ੍ਹਨ ਤੋਂ ਕੁਝ ਦਿਨ ਪਹਿਲਾਂ ਆਪਣੀ ਦੁਨਾਲੀ ਨੂੰ ਰੀਝ ਨਾਲ ਸਾਫ ਕਰਦਾ ਸੀ, ਤੇਲ ਦਿੰਦਾ ਸੀ, ਤੇ ਵਿਆਹ ਵਾਲੇ ਦਿਨ ਰੌਂਦਾ ਵਾਲਾ ਝੋਲਾ ਮੋਢੇ ਵਿੱਚ ਪਾ ਸ਼ਹਿਨਸ਼ਾਹ ਬਣ ਜਾਂਦਾ। ਦੁਨਾਲੀ ਦਾ ਮੂੰਹ ਅਸਮਾਨ ਵੱਲ ਕਰ ਦੋ ਚਾਰ ਫਾਇਰ ਕੱਢਦਾ ਤੇ ਫਿਰ ਬੰਦੂਕ ਨੂੰ ਸਾਂਭ ਦਿੰਦਾ ਕਿਸੇ ਹੋਰ ਗੱਭਰੂ ਦੇ ਵਿਆਹ ਤੱਕ। ਜੋ ਪਹਿਲੇ ਬੋਲ ਹਰ ਰਿਸ਼ਤੇਦਾਰ ਦੀ ਸਰਦਲ ਤੇ ਹਾਜ਼ਰ ਹੁੰਦਾ ਤੇ ਦਾਵਾ ਕਰਦਾ ਚਿੜੀਆਂ ਦਾ ਦੁੱਧ ਤੱਕ ਲੈ ਕੇ ਆਉਂਦਾ। ਜੋ ਗੁਰੂ ਘਰ ਦੀ ਹਰ ਸੰਗਰਾਂਦ ਵਾਲੇ ਦਿਨ ਕਮਰ ਕਸਾ ਕਸ ਸਭ ਤੋਂ ਪਹਿਲਾਂ ਹਾਜ਼ਰ ਹੁੰਦਾ। ਮੇਰਾ ਬਾਪੂ ਅਨਪੜ੍ਹ ਸੀ, ਨਰੋਲ ਅਨਪੜ੍ਹ, ਪਰ ਬੰਦਿਆਂ ਨੂੰ ਪੜ੍ਹਨ ਜਾਣਦਾ ਸੀ, ਤੁਰਦੇ ਬੰਦੇ ਦੀ ਅੱਖ ਪਛਾਣਦਾ ਸੀ, ਮਾੜਿਆਂ ਦੇ ਕੋਲ ਜਾਣ ਤੋਂ ਵਰਜਦਾ ਸੀ, ਮਾੜਿਆਂ ਦੇ ਨੇੜੇ ਆਉਣ ਤੇ ਗਰਜਦਾ ਸੀ। ਚਿੱਟਾ ਕੁੜਤਾ ਚਾਦਰਾ ਪਾਉਂਦਾ, ਨਾ ਅੱਕਦਾ, ਨਾ ਥੱਕਦਾ, ਨਾ ਗੱਲ ਕਹਿਣ ਤੋਂ ਜਗਦਾ। ਖੇਤ ਤੋਂ ਲੈ ਕੇ ਘਰ ਤੱਕ, ਘਰ ਤੋਂ ਰਿਸ਼ਤੇਦਾਰੀ ਤੱਕ, ਆਂਢ ਗੁਆਂਢ ਦੀਆਂ ਖੁਸ਼ੀਆਂ ਗਮੀਆਂ, ਅੱਗੋਂ ਫਿਰ ਬਾਜ਼ਾਰ ਤੱਕ, ਬਿਜਲੀ ਬੋਰਡ, ਰਾਸ਼ਨ ਪਾਣੀ ਪਹੁੰਚ ਜਾਂਦਾ ਸਰਕਾਰ ਤੱਕ। ਬਾਪੂ ਭੂਰਾ ਉਜ਼ਰ ਨਾ ਕਰਦਾ, ਹਰ ਕੰਮ ਕਰਦਾ, ਆਪਾਂ ਹਰ ਕੰਮ ਤੋਂ ਫਾਰਿਗ, ਬਸ ਵਿਹਲੀ ਰਨ ਪ੍ਰਾਹੁਣਿਆਂ ਜੋਗੀ, ਸਵੇਰ ਤੋਂ ਸ਼ਾਮ ਤੀਕ ਆਪਣੀ ਦੁਨੀਆਂ ਚ ਮਸਤ, ਲੈਣਾ ਇੱਕ ਨਾ ਦੇਣੇ ਦੋ, ਬਸ ਲਿਖਣਾ ਪੜ੍ਹਨਾ ਜਾਂ ਫਿਰ ਬਾਪੂ ਦੇ ਸੁੱਤਿਆਂ ਤੋਂ ਘਰੇ ਵੜਨਾ। ਬਾਪੂ ਨੇ ਕਹਿਣਾ, ਇਹ ਕਿੱਦਾਂ ਸਾਰੂ, ਹੁਣ ਤਾਂ ਮੈਂ ਕਰਦਾ ਕੱਲ ਨੂੰ ਇਹ ਭੁੱਖਾ ਮਾਰੂ। ਜਦ ਕਦੇ ਮੈਂ ਪਿੰਡ ਛੱਡ ਸ਼ਹਿਰ ਆਉਣ ਲਈ ਕਹਿੰਦਾ, ਬਾਪੂ ਨੂੰ ਇਹ ਡਰ ਸਤਾਉਂਦਾ ਕਿ ਕਿਤਾਬਾਂ ਪੜ੍ਹਨ ਵਾਲਾ ਪੁੱਤ ਬੰਦੇ ਪੜ੍ਹ ਸਕੇਗਾ ਕਿ ਨਹੀਂ। ਮੇਰੇ ਤੋਂ ਬਗੈਰ ਆਪਣੇ ਪੈਰਾਂ ਤੇ ਖੜ ਸਕੇਗਾ ਕਿ ਨਹੀਂ। ਇੰਜ ਹੀ ਡਰਦੇ ਘਬਰਾਉਂਦੇ ਬਾਪੂ ਆ ਗਿਆ ਪਟਿਆਲੇ ਸਾਰੇ ਟੱਬਰ ਦੇ ਨਾਲੇ। ਮੇਰਾ ਬਾਪੂ ਇਨਕਲਾਬੀ ਨਹੀਂ ਸੀ, ਨਾ ਹੀ ਸਮਾਜ ਸੁਧਾਰਕ, ਨਾ ਸਿੱਧ ਪੁਰਸ਼, ਨਾ ਕੋਈ ਵੱਡਾ ਨੇਤਾ, ਬਸ ਬਾਪੂ ਸਿਰਫ ਬਾਪੂ ਸੀ। ਬਲਦਾਂ ਦੀਆਂ ਹਲਾਵਾਂ ਤੋਂ ਟਰੱਕ ਡਰਾਈਵਰੀ ਤੱਕ ਕਿੰਨੇ ਹੀ ਮੋਰਚੇ ਤੇ ਲੜਦਿਆਂ, ਬਾਪੂ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਵਰਤਦਿਆਂ ਬਸ ਬਾਪੂ ਬਣ ਕੇ ਰਿਹਾ ਸਾਰੀ ਉਮਰ। ਇੱਕ ਦਿਨ ਪਤਾ ਨਹੀਂ ਕੀ ਸੁੱਝੀ, ਇੱਕ ਦਿਨ ਪਤਾ ਨਹੀਂ ਕੀ ਸੁੱਝੀ, ਦੋ ਕੁੜਤੇ ਪਜਾਮੇ ਸਿਲਾ ਕੇ ਲੈ ਆਇਆ। ਸੰਗਦੇ ਸੰਗਦੇ ਨੇ ਪਾਏ, ਸਭ ਨੂੰ ਦਿਖਾਏ, ਚਾਅ ਚੜਿਆ ਸੀ ਬਾਪੂ ਨੂੰ ਨਾਲੇ ਸਾਰੇ ਟੱਬਰ ਨੂੰ। ਪਤਾ ਨਹੀਂ ਕਿੱਥੋਂ ਬਿੰਗ ਤੜਿੰਗੇ ਅੱਖਰਾਂ ਚ ਪਾਉਣਾ ਸਿੱਖ ਗਿਆ ਜੰਗ ਸਿੰਘ। ਪਰ ਦੌਰ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਲੰਘੇ ਵਕਤ ਨਾਲ ਕਿੰਨਾ ਬਦਲ ਗਿਆ ਬਾਪੂ। ਹੁਣ ਜਦ ਉਸਨੂੰ ਉਹੀ ਦੋਸਤ, ਮਿੱਤਰ, ਰਿਸ਼ਤੇਦਾਰ, ਗੁਰੂ ਘਰ ਦੇ ਸੰਗੀ ਸਾਥੀ ਆ ਕੇ ਮਿਲਦੇ ਤਾਂ ਬਸ ਦੋਵੇਂ ਹੱਥ ਜੋੜ ਉੱਪਰ ਨੂੰ ਚੱਕਣ ਦੀ ਕੋਸ਼ਿਸ਼ ਕਰਦਾ,
बुल हरकत कर दे पर बोल किते छाती च अटक जाते। अपने सुपनिया के घर की तमीर कर, किसी होर घर जाना लोचता है हुण बापू। अजे कुछ दिन पहला दी ही तां गल है, बापू मेरे नाल शहर वाले घर आया सी। नवे घर का नवा नवेला चा बापू ड्योडे च बैठ बड़े शहर की दुनियादारी देखता हौली हौली सिरज ली सी। इत्थे भी बापू ने अपनी दुनिया, खुला चिट्टा दाड़ा, केसरी दस्तार, हसदा नूरानी चेहरा, हर कोई आंदा जांदा बापू कोल रुकदा, गोडी हाथ लांदा, कुछ पल गल्लां करदा ते बापू तो नूर दा खजाना लै अगां तुरदा। बापू सारे गुआंढ दीआं चाबियां सांभदा ते उन्हां सारे गुआंढ दे न्याणियां दा रखा जिन्हां दे मम्मी डैडी उस वेले जॉब ते हुंदे, बेफिक्र होके घर आउंदे। बापू दे हुंदिआं साढ़े घर नूं कदे दरवाजा ना लगता, इउं बापू साढ़े घर का दरवाजा बन जाता। सवखते उठता, LCD ला एक घंटा गुरबाणी सुनता, फिर पैरी जुत्ती पा खूंडी चुक ते एनक ला घूमदा घूमदा पेंडू बापू यूनिवर्सिटी दे नाल नाल अर्बन स्टेट दे पार्कां दी परिक्रमा करदा घर परत आउंदा। पर पता नहीं की होया, बापू दे कदम डोलन लगे। बाहर अंदर जांदा बापू पहला घर तक सीमित होया, फिर कमरे तीक ते फिर बैड तीक। हुण बापू बस लम्मा समा सौंदा है, आए गए वल झाकदा है, कदे कदे अपना एक हथ हौली हौली चुक उसके मोढ़े ते रख दिंदा है ते फिर हौली हौली अखां बंद कर लैंदा है। मेरियां अखां विच हंझू आ जांदे हन। बापू तू इन्ना बेबस क्यों? फिर मन दूर किते निकल जांदा ते अपने आप नूं कहिंदा, मैं तू ओ असी तुसी सारे ने ही एक दिन बापू बनना है। हां, सारे ने ही एक दिन बापू बनना है।